ਹੰਬੜਾ ਰੋਡ 'ਤੇ ਸਟੈਟਿਕ ਕੰਪੈਕਟਰ ਲਗਾਉਣ ਦਾ ਉਦਘਾਟਨ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ। ਉਹਨਾਂ ਕਿਹਾ ਹੈ ਕਿ ਸ਼ਹਿਰ ਵਿੱਚ ਵੱਖ ਵੱਖ ਥਾਵਾਂ 'ਤੇ ਹੋਰ ਵੀ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਲੁਧਿਆਣਾ ਕੂੜਾ ਰਹਿਤ ਸ਼ਹਿਰ ਬਣ ਸਕੇ। ਆਓ ਵੇਖਦੇ ਹਾਂ ਇੱਕ ਰਿਪੋਰਟ। ਸਾਡੇ ਬਹੁਤ ਹੀ ਪਿਆਰੇ ਨਰੇਸ਼ ਪਾਂਡੇ ਜੀ, ਸਾਡੇ ਮਹੇਸ਼ ਪਾਂਡੇ ਜੀ, ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ, ਜਿਨ੍ਹਾਂ ਦੀਆਂ ਦੁਆਵਾਂ ਸਦਕਾ MLA ਮੰਤਰੀ ਮੇਅਰ ਤੇ ਚੇਅਰਮੈਨ ਬਣੇ ਬੈਠੇ ਆ, ਆ ਪਿੱਛੇ ਕੌਂਸਲਰ ਸਜੇ ਹੋਏ ਨੇ ਸਿਰਫ ਤੁਹਾਡੀ ਸੇਵਾ ਵਾਸਤੇ। ਪਿਛਲੇ ਕਾਫੀ ਸਮੇਂ ਤੋਂ ਇਸ ਇਲਾਕੇ ਦੀ ਡਿਮਾਂਡ ਸੀ ਕਿਉਂਕਿ ਗੁੱਲੇ 'ਚ ਕੂੜਾ ਡਿੱਗਦਾ ਸੀ ਔਰ ਮਹਿਬੂਬਵਾਲ ਦੀ ਐਂਟਰੀ ਇੰਨੀ ਜ਼ਿਆਦਾ ਬੁਰੀ ਹਾਲਤ 'ਚ ਸੀ, ਜਿਹੜਾ ਵੀ ਕੋਈ ਅੰਦਰ ਜਾਂਦਾ ਸੀ ਐਂ ਲੱਗਦਾ ਸੀਗਾ ਵੀ ਬਹੁਤ ਬੁਰੇ ਮਹੱਲੇ 'ਚ ਜਾ ਰਿਹਾ। ਅੱਜ ਉੱਥੇ ਸਾਫ਼ ਸਫਾਈ ਹੋਈ, ਕੰਪੈਕਟਰ 1.5 ਲੱਖ ਦੀ ਕੀਮਤ ਨਾਲ ਬਣੇ, ਮਿਹਨਤ ਸਾਰੀ ਸਾਡੇ ਕੌਂਸਲਰ ਸਾਹਿਬਾਨ ਰਾਸ਼ੀ ਜੀ ਦੀ, ਬਾਊ ਜੀ ਦੀ, ਇੱਥੇ ਰਾਜੀਵ ਸਨੀ ਭੱਲਾ ਜੀ ਦੀ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵੀ ਜਦੋਂ ਇਹ ਫੈਸਿਲਿਟੀ ਮਿਲ ਗਈ ਉਹਦੇ ਵਾਸਤੇ ਲੋਕਾਂ ਨੂੰ ਅਪੀਲ ਹੈ ਇਹਨੂੰ ਸੰਭਾਲੀਏ, ਆਪਣੀ ਸਾਫ਼ ਸਫਾਈ ਦਾ ਖਿਆਲ ਰੱਖੀਏ ਆਸ ਪਾਸ ਦੀ ਦਾ। ਜਦੋਂ ਕੂੜਾ ਘਰਾਂ ਦੇ ਵਿੱਚੋਂ ਦੀ ਜਾਵੇ, ਸੈਗਰੀਗੇਟ ਹੋ ਕੇ ਜਾਵੇ, ਗਿੱਲਾ ਕੂੜਾ ਇੱਕ ਪਾਸੇ ਜਾਵੇ, ਸੁੱਕਾ ਕੂੜਾ ਇੱਕ ਪਾਸੇ ਜਾਵੇ, ਤਾਂ ਇਹਨਾਂ ਮਸ਼ੀਨਾਂ ਦਾ ਫਾਇਦਾ ਸਾਨੂੰ ਫਿਊਚਰ 'ਚ ਪਤਾ ਲੱਗ ਸਕਦਾ। ਇਹ ਅਪੀਲ ਹੈ, ਮੈਂ ਸਾਰੇ ਕਾਰਪੋਰੇਸ਼ਨ ਨੂੰ ਵੀ ਕਹਾਂਗਾ ਇਹਦੇ ਵਾਸਤੇ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਇੰਤਜ਼ਾਮ ਕੀਤੇ ਜਾਣ, ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ ਡੋਰ ਟੂ ਡੋਰ ਲਿਫਟਿੰਗ ਨੂੰ, ਆਉਣ ਵਾਲੇ ਟਾਈਮ 'ਚ ਬੜਾਵਾ ਦਿੱਤਾ ਜਾਵੇ ਤਾਂ ਕਿ ਇਹ ਫੈਸਿਲਿਟੀਆਂ ਸਾਨੂੰ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਫੈਸਿਲਿਟੀਆਂ ਲੁਧਿਆਣੇ 'ਚ ਮਿਲ ਸਕਣ। ਇਹ ਸੁੱਕਾ ਅਤੇ ਗਿੱਲੇ ਦੇ ਦੋਨੇ ਕੰਪੈਕਟਰ ਹੈਗੇ ਨੇ, ਇਲੈਕਟ੍ਰਿਕ ਡਰਾਈਵ ਨਾਲ ਚੱਲਦੇ ਨੇ। ਇਹਦੇ ਵਿੱਚ ਜੋ ਸੁੱਕਾ ਅਤੇ ਗਿੱਲਾ ਲਹਿਦਾ ਲਹਿਦਾ ਆਉਣਗੇ ਰੇੜੇ ਬਾਹਰੋਂ ਬਾਜ਼ਾਰ ਦੇ ਵਿੱਚੋਂ ਜਾਂ ਵਾੜਾਂ ਦੇ ਵਿੱਚੋਂ, ਉਹ ਇਹਦੇ ਵਿੱਚ ਸੁੱਕੇ ਵਾਲਾ ਸੁੱਕੇ 'ਚ ਪੈ ਜੂ, ਗਿੱਲੇ ਵਾਲਾ ਗਿੱਲੇ 'ਚ ਪੈ ਜੂ। ਔਰ ਦੂਜੀ ਕੀ ਹੈ, ਇਹਦੀ ਬਿਊਟੀ ਇਹ ਹੈ ਵੀ ਜਿਹੜਾ ਮਾਲ ਹੈ ਗਾਰਬੇਜ ਆਏਗਾ ਉਹ ਇਹਦੇ ਵਿੱਚ ਪੈ ਕੇ ਇਨ ਹਾਊਸ ਅੰਦਰ ਚਲੇ ਜਾਊਗਾ, ਬਾਹਰ ਬਦਬੂ ਨਹੀਂ ਆਏਗੀ, ਬਾਹਰ ਕੂੜਾ ਗਿਰੇਗਾ ਨਹੀਂ। ਉਹ ਇਸ ਨਾਲ ਜਿਹੜੀ ਇਸ ਏਰੀਏ ਦੀ ਬਦਬੂ ਵਾਲਾ ਸਿਸਟਮ ਸੀ ਉਹ ਖਤਮ ਹੋ ਜੂਗਾ ਔਰ ਇੱਕ ਸਮਾਰਟਨੈਸ ਆ ਜਾਏਗੀ। ਮੈਂ ਹਰਜੀਤ ਸਿੰਘ, ਪਿਆਰਾ ਸਿੰਘ ਐਂਡ ਸਾਊਂਡ ਸਮਰਾਲਾ ਤੋਂ। ਅਸੀਂ ਇਹ ਬੇਸਿਕਲੀ ਕੰਪੈਕਟਰ ਫੈਬਰੀਕੇਟ ਕਰ ਰਹੇ ਹਾਂ ਔਰ ਟੈਂਡਰ ਦੇ ਥਰੂ ਸਪਲਾਈ ਕਰਦੇ ਹਾਂ ਗੌਰਮੈਂਟ ਨੂੰ। ਅੱਛਾ ਜੀ। ਜਿੱਥੇ ਜਿੱਥੇ ਵੀ ਕੂੜੇ ਦਾ ਕੰਮ ਹੈ ਕਾਰਪੋਰੇਸ਼ਨਾਂ ਅੰਦਰ, ਉਹਨਾਂ ਅੰਦਰ ਇਹ ਕਾਫੀ ਉਪਯੋਗੀ ਨੇ। ਫਿਲਹਾਲ ਇਹ ਇੰਪਰੂਵਮੈਂਟ ਟਰੱਸਟ ਲੁਧਿਆਣਾ ਵੱਲੋਂ ਕੰਪੈਕਟਰਸ ਲਏ ਗਏ ਨੇ। ਅੱਜ ਇਹ ਤੀਸਰਾ ਸਾਈਡ ਹੈ ਵਾਰਡ ਨੰਬਰ 81 ਲੁਧਿਆਣਾ ਅੰਦਰ, ਜਿੱਥੇ ਕਿ ਮਾਣਯੋਗ ਮੰਤਰੀ ਸਾਹਿਬ ਭਰਤ ਭੂਸ਼ਣ ਆਸ਼ੂ ਜੀ ਨੇ ਇਨੋਗਰੇਸ਼ਨ ਕਰਕੇ ਇਹ ਲੋਕਾਂ ਨੂੰ ਇੱਥੇ ਦੇ ਨਿਵਾਸੀਆਂ ਨੂੰ ਸਪੁਰਦ ਕੀਤਾ ਜੀ ਸਾਈਟ। ਔਰ ਇਹਨਾਂ ਕੰਪੈਕਟਰਾਂ ਦੀ ਖਾਸੀਅਤ ਇਹ ਹੈ ਜੀ, ਇਹਦੇ ਅੰਦਰ ਗਿੱਲਾ ਔਰ ਸੁੱਕਾ ਕੂੜਾ ਅਲੱਗ ਅਲੱਗ ਮੈਨੇਜ ਕੀਤਾ ਜਾਂਦਾ ਹੈ, ਤਾਂ ਕਿ ਜਦੋਂ ਅਸੀਂ ਇੱਥੋਂ ਸਾਈਟ ਤੋਂ ਕੂੜਾ ਲੈ ਕੇ ਜਾਂਦੇ ਹਾਂ ਉਹ ਰਸਤੇ ਵਿੱਚ ਬਿਖਰੇ ਨਾ, ਬਦਬੂ ਨਾ ਫੈਲੇ, ਔਰ ਜੋ ਵੀ ਕੂੜਾ ਇੱਥੋਂ ਜਾਏ ਪ੍ਰੋਸੈਸਿੰਗ ਸਾਈਟ 'ਤੇ ਜਾ ਰਿਹਾ ਉਹ ਗਿੱਲਾ ਅਲੱਗ ਜਾ ਰਿਹਾ ਜੀ ਅਲੱਗ ਮਸ਼ੀਨ ਅੰਦਰ, ਸੁੱਕਾ ਅਲੱਗ ਜਾ ਰਿਹਾ, ਤਾਂ ਕਿ ਜਿਵੇਂ ਕਿ NGT ਦੀਆਂ ਗਾਈਡਲਾਈਨਸ ਹੈਗੀਆਂ ਨੇ, ਸੁੱਕਾ ਕੂੜਾ ਅਲੱਗ ਪ੍ਰੋਸੈਸ ਹੋਣਾ ਚਾਹੀਦਾ, ਗਿੱਲਾ ਅਲੱਗ ਪ੍ਰੋਸੈਸ ਹੋਣਾ ਚਾਹੀਦਾ, ਉਸੇ ਰੂਪ 'ਚ ਇਹ ਕੂੜਾ ਅਲੱਗ ਅਲੱਗ ਜਾ ਰਿਹਾ, ਤਾਂ ਕਿ ਉੱਥੇ ਦੀ ਮਸ਼ੀਨਰੀ ਨੂੰ ਇਸ ਕੂੜੇ ਨੂੰ ਅਡੋਪਟ ਕਰਨ ਵਿੱਚ ਆਸਾਨੀ ਹੋਵੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੇ ਨਾਲ ਬਿਕਰਮ ਸੈਣੀ ਦੀ ਰਿਪੋਰਟ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।